ਆਸ਼ਿਕ ਨਾਲ ਮਿਲ ਕੇ ਪਤਨੀ ਨੇ ਕੀਤਾ ਪਤੀ ਦਾ ਕਤਲ। ਪਹਿਲਾਂ ਕੀਤਾ ਸੀ ਅਗਵਾ, ਫਿਰ ਲੈ ਲਈ ਪਤੀ ਦੀ ਜਾਨ। ਪਤੀ ਬਣ ਰਿਹਾ ਸੀ ਦੋਨਾਂ ਦੇ ਇਸ਼ਕ 'ਚ ਰੋੜਾ। ਤਾਂ ਦੱਸ ਦੇ ਕਿ ਆਸ਼ਿਕ ਦੇ ਪਿਆਰ 'ਚ ਅੰਨੀ ਪਤਨੀ ਨੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਤੇ ਉਸਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਪੁਲਿਸ ਦੇ ਵੱਲੋਂ ਹੁਣ ਪਤਨੀ ਸਮੇਤ ਉਸਦੇ ਆਸ਼ਿਕ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਮਾਮਲਾ ਦਰਜ ਕਰ ਲਿਆ ਗਿਆ। ਤਾਂ ਦੱਸ ਦੇ ਕਿ ਦੋਨਾਂ ਦੇ ਵਿੱਚ ਇਹ ਪਿਆਰ ਪਿਛਲੇ 1 ਸਾਲ ਤੋਂ ਚੱਲ ਰਿਹਾ ਸੀ। ਤਾਂ ਦੱਸ ਦੇ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਦੀਪ ਕੌਰ ਦਾ ਵਿਆਹ 11 ਸਾਲ ਪਹਿਲਾਂ ਮਨਜੀਤ ਸਿੰਘ ਦੇ ਨਾਲ ਹੋਇਆ ਸੀ ਤੇ ਵਿਆਹ ਤੋਂ ਪਹਿਲਾਂ ਸੁਖਦੀਪ ਕੌਰ ਦਾ ਹਰਜਿੰਦਰ ਸਿੰਘ ਦੇ ਨਾਲ ਪ੍ਰੇਮ ਸੰਬੰਧ ਸੀ, ਜੋ ਕਿ ਵਿਆਹ ਹੋਣ ਤੋਂ ਬਾਅਦ ਪਿਆਰ ਦੀਆਂ ਪੀਂਘਾਂ ਵਿਚਾਲੇ ਹੀ ਰਹਿ ਗਈਆਂ ਸੀ। ਪਰ ਦੋਨਾਂ ਦੇ ਮਨ ਦੇ ਵਿੱਚ ਇਸ਼ਕ ਦਾ ਦੀਵਾ ਕਿਤੇ ਨਾ ਕਿਤੇ ਬਲਦਾ ਰਿਹਾ। ਤਾਂ ਇਸ ਦੌਰਾਨ ਉਹਨਾਂ ਨੂੰ ਮਨਜੀਤ ਸਿੰਘ ਦੋਨਾਂ ਦੇ ਪਿਆਰ ਦੇ ਵਿੱਚ ਰੋਣਾ ਬਣਦਾ ਹੋਇਆ ਨਜ਼ਰ ਆਇਆ। ਤਾਂ ਦੋਨਾਂ ਨੇ ਮਿਲ ਕੇ ਇੱਕ ਖੌਫਨਾਕ ਸਾਜਿਸ਼ ਰਚੀ, ਜਿਸ ਦੇ ਵਿੱਚ ਪਹਿਲਾਂ ਕਹਾਣੀ ਬਣਾਈ ਗਈ ਕਿ ਸੁਖਦੀਪ ਕੌਰ ਨੇ ਦਰਖਾਸਤ ਦਿੱਤੀ ਕਿ ਉਸਦਾ ਪਤੀ ਮਨਜੀਤ ਸਿੰਘ ਮਾਤਾ ਵੈਸ਼ਨੋ ਦੇ ਦਰਸ਼ਨ ਕਰਨ ਗਿਆ ਸੀ ਤੇ ਜਿਸ ਨਾਲ ਉਸਦੀ ਗੱਲਬਾਤ ਹੋ ਰਹੀ ਸੀ, ਪਰੰਤੂ ਉਸਦੇ ਪਤੀ ਦਾ ਫੋਨ ਬੰਦ ਹੋ ਗਿਆ ਤੇ ਉਸਦੇ ਪਤੀ ਦੀ ਭਾਲ ਕੀਤੀ ਜਾਵੇ। ਤਾਂ ਇਸ ਦਰਖਾਸਤ ਦੀ ਪੜਤਾਲ ਦੌਰਾਨ ਜਦੋਂ ਪੁਲਿਸ ਨੇ ਟੈਕਨੀਕਲ ਸੋਰਸਾਂ ਦੀ ਮਦਦ ਲਈ ਤਾਂ ਸੁਖਦੀਪ ਕੌਰ ਦੀ ਦੱਸੀ ਹਰ ਗੱਲ ਝੂਠੀ ਨਿਕਲੀ ਤੇ ਪੁਲਿਸ ਪਾਰਟੀ ਨੂੰ ਸੁਖਦੀਪ ਕੌਰ ਦੁਆਰਾ ਆਪਣੇ ਪਤੀ ਨੂੰ ਅਗਵਾ ਕਰਨ ਬਾਰੇ ਸ਼ੱਕ ਹੋਇਆ ਤੇ ਜਿਸ ਤੋਂ ਬਾਅਦ ਇਸ ਦੀ ਪੁਸ਼ਟੀ ਮਨਜੀਤ ਸਿੰਘ ਦੇ ਭਰਾ ਗੁਰਸੇਵਕ ਨੇ ਦਿੱਤੀ ਤੇ ਪੁਲਿਸ ਦੇ ਵੱਲੋਂ ਹੁਣ ਉਸ ਨੂੰ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇਸਦਾ ਆਪਣੇ ਆਸ਼ਿਕ ਦੇ ਨਾਲ ਵਿਆਹ ਤੋਂ ਪਹਿਲਾਂ ਹੀ ਪ੍ਰੇਮ ਸੰਬੰਧ ਸੀ ਤੇ ਫਿਰ ਇਹਨਾਂ ਦੋਨਾਂ ਵੱਲੋਂ ਸਾਜਿਸ਼ ਰਚ ਕੇ ਉਸ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਤੇ ਉਸਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਤਾਂ ਪੁਲਿਸ ਨੇ ਛਾਣਬੀਣ ਦੌਰਾਨ ਪਾਇਆ ਕਿ ਇਸਦੀ ਪਤਨੀ ਦੇ ਵੱਲੋਂ ਦੱਸੀ ਹਰ ਗੱਲ ਝੂਠ ਹੈ ਤੇ ਜਦ ਉਸਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਤਾਂ ਉਸਦੇ ਵੱਲੋਂ ਸਾਰਾ ਸੱਚ ਦੱਸ ਦਿੱਤਾ ਗਿਆ ਤੇ ਪੁਲਿਸ ਦੇ ਵੱਲੋਂ ਆਸ਼ਿਕ ਸਮੇਤ ਉਸਦੇ ਦੋਸਤਾਂ ਅਤੇ ਪਤਨੀ ਨੂੰ ਵੀ ਕਾਬੂ ਕਰ ਲਿਆ ਗਿਆ। ਇਹ ਜਿਹੜਾ ਹੈਗਾ ਬੜਾ ਸਨਸਨੀਖੇਜ਼ ਮਸਲਾ ਸੀਗਾ। ਮਾਨਯੋਗ SSP ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਸਾਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਕੋਈ ਵੀ ਜਿਹੜਾ ਕੇਸ ਹੈਗਾ ਤਫਤੀਸ਼, ਉਹ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲ ਡਿਟੇਲ ਦੀ ਮਦਦ ਲੈ ਕੇ ਤੇ ਫੋਰੈਂਸਿਕਲੀ ਉਹਨੂੰ ਐਗਜ਼ਾਮਿਨ ਕਰਕੇ ਤਫਤੀਸ਼ ਵਿੱਚ ਡੂੰਘਾਈ ਵਿੱਚ ਸਾਰੀ ਤਫਤੀਸ਼ ਕੀਤੀ ਜਾਣ। ਆਏ ਸਿਲਸਿਲੇ ਵਿੱਚ 11 ਜੂਨ ਨੂੰ ਸੁਖਬੀਰ ਕੌਰ ਪਤਨੀ ਮਨਜੀਤ ਸਿੰਘ, ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ, ਉਹ ਥਾਣਾ ਸਿਟੀ ਜੀਰਾ ਆਈ ਸੀ। ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ, ਉਹ ਵੈਸ਼ਨੋ ਦੇਵੀ ਯਾਤਰਾ 'ਤੇ ਗਿਆ ਸੀ ਅਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਾ ਹੈ। 10 ਤਾਰੀਖ ਤੱਕ ਉਹ ਫੋਨ 'ਚ ਟੱਚ 'ਚ ਸੀ। ਥਾਣੇ ਵਿੱਚ DSP ਗੁਰਦੀਪ ਜੀ ਅਤੇ SHO ਸਿਟੀ ਜੀਰਾ ਕਮਲ ਜੀ ਵੱਲੋਂ ਬੜੀ ਸੂਝਬੂਝ ਅਤੇ ਪ੍ਰੈਜੈਂਸ ਆਫ ਮਾਇੰਡ ਦਾ ਮੁਜ਼ਾਹਰਾ ਕਰਦੇ ਹੋਏ ਜਿਹੜਾ ਉਹਨਾਂ ਦਾ ਤਜੁਰਬਾ ਹੈ, ਉਹਨੂੰ ਉਸ ਟਾਈਮ ਹੀ ਅੰਦੇਸ਼ਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਕੀ ਹੈਗਾ। ਇਸ ਲਈ ਉਹਨੇ ਟੈਕਨੀਕਲ ਡਿਟੇਲ ਅਤੇ ਟੈਕਨੀਕਲ ਐਨਾਲਿਸਿਸ ਹਿਊਮਨ ਸੋਰਸਿਸ ਦਾ ਮਦਦ ਲੈਂਦੇ ਹੋਏ ਇਹ ਮਸਲਾ ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ। ਜਦ ਹੋਰ ਪੜਤਾਲ ਕੀਤੀ ਗਈ, ਨਾਲ ਟੈਕਨੀਕਲ ਡਿਟੇਲ ਲਿੱਤੀ ਗਈ ਤੇ ਉਹਨਾਂ ਦਾ ਸ਼ੱਕ ਜਿਹੜਾ ਹੈਗਾ ਔਰ ਇਹ ਗਹਿਰਾ ਹੋ ਗਿਆ। ਜਦ ਮਨਜੀਤ ਦੇ ਭਰਾ ਗੁਰਸੇਵਕ ਨਾਲ ਰਾਬਤਾ ਕੀਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਭਰਜਾਈ ਸੀ ਸੁਖਦੀਪ ਕੌਰ ਤੇ ਸੁਖਦੀਪ ਕੌਰ ਦਾ
ਜਿਹੜਾ ਇੱਕ ਪੁਰਾਣਾ ਪਾਰਟਨਰ ਸੀ, ਲਵਰ ਸੀ ਹਰਜਿੰਦਰ, ਇਹ ਦੋਵਾਂ ਨੇ ਉਹਦੇ ਭਰਾ ਮਨਜੀਤ ਨੂੰ ਸਿਟੀ ਜੀਰਾ ਜਦ ਸੈਰ ਕਰ ਰਹੇ ਸੀ 6 ਤਾਰੀਖ ਨੂੰ, ਤਦ ਉਹਨੂੰ ਸਵਿਫਟ ਗੱਡੀ 'ਚ ਕਾਰ 'ਚ ਉਹਨੂੰ ਅਗਵਾ ਕੀਤਾ। ਪੁਲਿਸ ਨੇ ਪਰਚਾ ਦਰਜ ਕਰ ਲਿਆ ਅਤੇ ਨਾਲ ਰੇਡ ਸਟਾਰਟ ਕਰ ਦਿਆ, ਨਾਲ ਟੈਕਨੀਕਲ ਜਿਹੜਾ ਹੈਗਾ ਤਫਤੀਸ਼ ਅਤੇ ਸਾਇੰਟਿਫਿਕ ਤਰੀਕੇ ਨਾਲ ਤਫਤੀਸ਼ ਸਟਾਰਟ ਕਰਤੀ। 13 ਤਾਰੀਖ ਨੂੰ DSP ਡੀ ਸ੍ਰੀ ਬਲਕਾਰ ਜੀ, DSP ਜੀਰਾ ਗੁਰਦੀਪ ਜੀ ਅਤੇ ਸਪੈਸ਼ਲੀ ਅਪੁਆਇੰਟ ਕੀਤੇ ਗਏ ਸੀ DSP NDPS ਨਵੀਨ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ। ਜਦ 13 ਤਾਰੀਖ ਨੂੰ ਥਾਣਾ ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ, ਜਦ ਉਹਦੇ ਨਾਲ ਲਾ ਕੇ ਪੁੱਛਗਿੱਛ ਕੀਤੀ ਗਈ, ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਹੈਗੇ ਕਿ ਕੋਈ ਵੀ ਤਫਤੀਸ਼ ਜਿਹੜੀ ਡੂੰਘਾਈ ਨਾਲ ਹਿਊਮਨ ਸੋਰਸ, ਟੈਕਨੀਕਲ ਸੋਰਸ ਅਤੇ ਫੋਰੈਂਸਿਕ ਐਨਲਿਸਿਸ ਨਾਲ ਕੀਤੀ ਜਾਵੇ। ਜਦ ਇਹ ਤਫਤੀਸ਼ ਕੀਤੀ ਗਈ, ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ ਕੀਤਾ ਗਿਆ, ਤਾਂ ਸਾਡੀ ਟੀਮ ਨੂੰ ਆਹ ਪਤਾ ਚੱਲਿਆ ਕਿ ਜਿਹੜਾ ਉਹਦਾ ਹਸਬੈਂਡ ਸੀ ਮਨਜੀਤ, ਉਹਦਾ ਕਤਲ ਹਰਜਿੰਦਰ ਅਤੇ ਉਹਦੇ ਹੋਰ ਸਾਥੀ ਨੇ ਕੀਤਾ ਹੈ। ਹੋਰ ਪੜਤਾਲ ਕੀਤੀ ਗਈ, ਹੋਰ ਤਫਤੀਸ਼ ਕੀਤੀ ਗਈ, ਸਾਨੂੰ ਫਿਰ ਇਨਪੁੱਟ ਮਿਲਿਆ ਕਿ ਜਿਹੜਾ ਹਰਜਿੰਦਰ ਹੈ ਅਤੇ ਉਹਦੇ ਨਾਲ ਹੋਰ ਜਿਹੜੇ ਉਹਦੇ ਸਾਥੀ ਨੇ ਪੰਜਾਬ ਹਿਮਾਚਲ ਬਾਰਡਰ 'ਤੇ ਮੌਜੂਦ ਨੇ। DSP ਗੁਰਦੀਪ ਜੀ ਕੇ ਸੁਪਰਵਿਜ਼ਨ ਵਿੱਚ ਇੱਕ ਟੀਮ, SHO ਸਿਟੀ ਜੀਰਾ ਕਮਲ ਜੀ ਕੀ ਟੀਮ ਉੱਥੇ ਭੇਜੀ ਗਈ ਪੰਜਾਬ ਹਿਮਾਚਲ ਬਾਰਡਰ 'ਤੇ। ਅਤੇ 17 ਤਾਰੀਖ ਨੂੰ ਜਿਹੜਾ ਸੁਖਦੀਪ ਕੌਰ ਦਾ ਜਿਹੜਾ ਪਾਰਟਨਰ ਸੀ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਥਾਣਾ ਚੋਲਾ ਸਾਹਿਬ ਦਰਿਆਣ ਵਾਲਾ, ਉਹਦੀ ਗੁਰਲੀਲ ਦੀ ਅਤੇ ਅਰਸ਼ਦੀਪ ਦੀ ਹਿਮਾਚਲ ਦੇ ਏਰੀਆ ਤੋਂ ਗ੍ਰਿਫਤਾਰੀ ਹੋਈ। ਜਦ ਉਹਨੂੰ ਲਾ ਕੇ ਹੋਰ ਪੁੱਛਗਿੱਛ ਕੀਤੀ ਗਈ, ਤਾਂ ਜਿਹੜੀ ਪੂਰੀ ਕਹਾਣੀ ਹੈ ਉਹ ਕਲੀਅਰ ਹੋਈ ਕਿ 6 ਤਾਰੀਖ ਦੀ ਰਾਤ ਨੂੰ ਹੀ ਸੈਰ ਕਰਦੇ ਵਕਤ ਹਰਜਿੰਦਰ ਅਤੇ ਉਹਦੇ ਸਾਥੀ ਨੇ ਸਵਿਫਟ ਗੱਡੀ ਵਿੱਚ ਮਨਜੀਤ ਦਾ ਸੁਖਦੀਪ ਕੌਰ ਦੇ ਮਦਦ ਨਾਲ ਉਹਨੂੰ ਕਿਡਨੈਪ ਕੀਤਾ, ਅਤੇ ਉਹਨੂੰ ਕਿਡਨੈਪ ਕਰਨ ਤੋਂ ਬਾਅਦ ਪਿੰਡ ਗੰਡੀਵਿੰਡ ਤੱਤਲ ਥਾਣਾ ਚੋਲਾ ਸਾਹਿਬ ਲੈ ਜਾ ਕੇ ਪੁਰਾਣੇ ਖੂਹ ਦੇ ਨੇੜੇ ਪਰਨੇ ਨਾਲ ਪਹਿਲਾਂ ਤਾਂ ਉਹਦਾ ਗਲਾ ਘੁੱਟਿਆ। ਗਲਾ ਘੁੱਟਣ ਤੋਂ ਬਾਅਦ ਨੇੜੇ ਵਿਆਸ ਦਰਿਆ ਪੈਂਦਾ ਹੈ, ਉੱਥੇ ਲੈ ਜਾ ਕਰਕੇ ਜਿਹੜੀ ਉਹਦੀ ਲਾਸ਼ ਸੀ, ਬੋਡੀ ਸੀ, ਉਹਨੂੰ ਕੰਡਿਆਲੇ ਤਾਰ ਨਾਲ ਲਪੇਟ ਕੇ ਨਾਲ ਪੱਥਰ ਵਿੱਚ ਬੰਨ੍ਹ ਕੇ ਵਿਆਸ ਦਰਿਆ ਵਿੱਚ ਸੁੱਟਤਾ। ਜਿਹੜੀ ਹੁਣ ਤਫਤੀਸ਼ ਅੱਗੇ ਚੱਲ ਰਹੀ ਹੈ, ਉਸ ਮੁਤਾਬਿਕ ਹੋਰ ਵੀ ਪੁੱਛਗਿੱਛ ਕੀਤੀ ਗਈ, ਤਾਂ ਹੋਰ ਪੁੱਛਗਿੱਛ ਮੁਤਾਬਿਕ ਅੱਗੇ ਜਦ ਪੁੱਛਗਿੱਛ ਕੀਤੀ ਗਈ, ਅਤੇ ਜਿਹੜਾ ਹਰਜਿੰਦਰ ਸੀ ਉਹਨੇ ਆਹ ਵੀ ਮੰਨਿਆ ਕਿ ਇਸ ਤੋਂ ਪਹਿਲਾਂ ਉਹ ਇੱਕ ਨਸ਼ਾ ਛੁਡਾਓ ਕੇਂਦਰ ਚਲਾਉਂਦਾ ਸੀ। ਸਾਲ 2022 ਵਿੱਚ ਇੱਕ ਵਿਅਕਤੀ ਗੁਰਪ੍ਰੀਤ ਗੋਪੀ ਦੀ ਉੱਥੇ ਗਿਰ ਕੇ ਮੌਤ ਹੋ ਗਈ ਸੀ, ਉਸਦੀ ਬੋਡੀ ਨੂੰ ਵੀ ਉਸਨੇ ਆਹੇ ਥਾਂ 'ਤੇ ਵਿਆਸ ਦਰਿਆ ਵਿੱਚ ਡਿਸਪੋਜ਼ ਕੀਤਾ ਸੀ। ਹੁਣ ਪੜਤਾਲ ਚੱਲ ਰਹੀ ਹੈ, ਜਿਵੇਂ ਪੜਤਾਲ ਵਿੱਚ ਹੋਰ ਕੋਈ ਸਫਲਤਾ ਮਿਲਦੀ ਹੈ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ। ਇਸ ਵਕਤ ਜਦ ਮੈਂ ਇਹ ਗੱਲ ਕਰ ਰਿਹਾ, ਗੋਤਾਖੋਰ ਦੇ ਮਦਦ ਨਾਲ ਅਤੇ ਬੋਟਸ ਦੇ ਨਾਲ ਉੱਥੇ ਸਰਚ ਜਾਰੀ ਹੈ, ਅਸੀਂ ਹੋਪਫੁਲ ਹਾਂ ਕਿ ਜਿਹੜੀ ਬੋਡੀ ਹੈ ਉਹ ਗੋਤਾਖੋਰ ਦੀ ਮਦਦ ਨਾਲ ਮਿਲ ਜਾਊਗੀ। ਜਿਵੇਂ ਮਿਲਦੀ ਹੈ ਤੁਹਾਨੂੰ ਇਨਫੋਰਮ ਕਰਾਂਗੇ।
ਉਹਨਾਂ ਦੇ ਬਿਆਨ ਮੁਤਾਬਿਕ ਕੰਡਿਆਲੀ ਤਾਰ ਵਿੱਚ ਲਪੇਟ ਕੇ ਬੋਡੀ ਨੂੰ ਪੱਥਰ ਵਿੱਚ ਬੰਨ ਕੇ ਨੀਚੇ ਸੁੱਟਤਾ ਸੀ ਬਿਆਸ ਦਰਿਆ ਵਿੱਚ। ਸਵਿਫਟ ਗੱਡੀ ਦੀ ਵਹੀਕਲ ਕੀਤੀ, ਨਾਲ ਜਦ ਰੇਡ ਹੋਈ ਸੀ ਪੰਜਾਬ ਹਿਮਾਚਲ ਬੋਡੀ ਦੇ, ਆਹ ਦੋਸ਼ੀਓ ਦੇ ਨਾਲ ਜਿਹੜੀ ਗੱਡੀ ਦੀ ਵਰਤੋਂ ਹੋਈ ਸੀ ਉਹ ਗੱਡੀ ਵੀ ਬਰਾਮਦ ਕਰ ਲਈ ਗਈ ਹੈ।